अच्छे खासे बेनकाब हो चुके हैं ठीक है कभी यू नो you know, रिसेंटली उन्होंने बहुत भाड़ा बेनकाब किया लेकिन असलम यार मेरी बात सुनो सबसे पहले मुझे आप बहुत अच्छे लगते हो और दूसरी बात ये <laughs> ਨਹੀਂ ਮੈਨੂੰ ਤੇ ਅਲਹਮਦੁਲਿਲਾ ਐਸਾ ਵਾਗਿਆ ਨਹੀਂ ਆਇਆ ਲੇਕਿਨ ਐਡਾ ਕੋ ਟੀਟ ਜ਼ਰੂਰ ਸੀ ਉਹ ਕਿ ਲੜਾਈ ਤੋਂ ਬਾਅਦ ਵੀ ਕੰਦਾ ਸੀ ਯਾਰ ਪਲੀਜ਼ ਅੱਧਾ ਘੰਟਾ ਹੋਣ ਗੱਲ ਕਰ ਲਿਆ ਕਰ ਵੇ ਅੱਲਾ ਦੇਣਾ ਤੇ ਮੇਰੇ ਅਬਾ ਯਾ ਮੁੰਡਾ ਸਵੇਰ ਦਾ ਬੁਕਾਏ ਮੇਰੇ ਪਾਕਿਸਤਾਨੀਓ ਖੁਦਾ ਕਾ ਵਾਸਤਾ ਇੱਕ ਮੌਕਾ ਹੋਰ ਦੋ ਅਗਰ ਆਪਨੇ ਮੂਝੇ ਮੌਕਾ ਦਿਆ तो अगला मौका जीने का नहीं दूंगा असला टैलेंट मौजूद है जनाब जो अपने मुंह से न जाने कितने लोगों की आवाजें निकालते हैं और जब वो लड़की की आवाज में बोलते हैं तो फिर आपकी जेब यकीनन खाली होने वाली है जैन बाबू मेरे साथ इस वक्त मौजूद हैं जो कि अपने दोस्तों की जेबों से भी लाखों रुपए निकलवा चुके हैं एक लड़की यानी

ऐसे ऐसे करके ऐसे ऐसे करके लड़की मुझे साइकी नहीं समझा रहे अपनी वैसे मैं ऐसे ऐसे करके लड़कियों की साइकी समझ लेता हूं और मुझे फिर जो है ना दूसरी गल महसूस करना मैं कह रहा हूं लोका ਦੇ ਘਰਾਂ ਤੇ ਜਾ ਕੇ ਦਹੀਂ ਭੱਲੇ ਖਵਾਣਾ ਜਾਂ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਖਵਾਣਾ ਜਿ세 ਬੰਦਾ ਜਵਾਨ ਹੁੰਦਾ ਕਿਸੇ ਨੇ ਆਪ ਕੋ ਚੇ ਬਣਾਇਆ ਹੋ ਉਸਕੇ ਬਾਅਦ ਆਪਨੇ ਥਾਨ ਲਿਆ ਕੋ ਹੁਣ ਮੈਂ ਸਾਰਿਆਂ ਨੂੰ ਚੇ ਬਣਾਣਾ ਮਾਮੂ ਬਣਾਣਾ ਮੈਨੂੰ ਬੜਾ ਚੇ ਲੱਗਿਆ ਚੇ ਨਾਲ ਚੂੜਾ ਯਾਰ ਜੂੜਾ ਤਾਂ ਆਪਕੋ ਕੋਈ ਬਣਾ ਨਹੀਂ ਸਕਦਾ ਮਾਸ਼ਾਅੱਲਾ ਇਤਨੀ ਆਪ ਬਾਇਜ਼ਾ ਸ਼ਖਸੀਅਤ ਹੈ ਕਦਮ ਕਿਸ ਤਰ੍ਹਾਂ ਰੱਖ ਕੇ ਆਪਣਾ ਕਦਮ ਮੁਬਾਰਕ ਇਸ ਫੀਲਡ ਚ ਕਿਸ ਤਰ੍ਹਾਂ ਰੱਖਿਆ ਉਹ ਬਾਰੇ ਪੁੱਛ ਰਹੇ ਮੈਂ ਮੈਂ ਕਦਮ ਸਰ ਪਹਿਲੇ ਲੂਲਾ ਲੰਗੜਾ ਸਾਂ ਠੀਕ ਹੈ ਫਿਰ ਮੈਨੂੰ ਡਾਕਟਰਾਂ ਨੇ ਪਲਸਟਰ ਬਲਸਟਰ ਕੀਤਾ ਜਿੱਦਾਂ ਮੈਂ ਤੁਰਨਾ ਸ਼ੁਰੂ ਕੀਤਾ ਤੇ ਪਹਿਲਾ ਕਦਮ ਮੈਂ ਰੱਖਿਆ ਨਾ ਜਿਹੜਾ ਉਹ ਐਸੇ ਫੀਲਡ ਵਿੱਚ ਰੱਖਿਆ ਪਾਕਿਸਤਾਨੀ ਮਾਸ਼ਾ ਮਖਲੂਕ ਹੈ ਇੱਕ ਪੂਰੀ ਦੁਨੀਆ ਤੋਂ ਅਲੱਗ ਮਖਲੂਕ ਹੈ ਨਾ ਤੇ ਜ਼ਿਹਨ ਦੇ ਵਿੱਚ ਐਵੇਂ ਖਿਆਲ ਆਂਦੇ ਨਹੀਂਗੇ ਤੁਸੀਂ ਕਿਹੜੀ ਤਨਹਾਈ ਦੇ ਵਿੱਚ ਬੈਠ ਕੇ ਕਿਹੜੇ ਪੀਰ ਫਕੀਰ ਕੋ ਬੈਠ ਕੇ ਸੋਚ ਤੇ ਫੇਸਬੁੱਕ 'ਤੇ ਵੀ ਦੇਖਦੇ ਆਂ ਲੋਗੋ ਨੇ ਸਪੈਸ਼ਲ ਸਕਰੀਨਸ਼ਾਟ ਲਗਾਏ ਹੋਤੇ ਆਂ ਕਿ ਵੀਡੀਓ ਜੇਕਰ ਆਪ ਕਰਨਾ ਚਾਹਤੇ 1000 ਰੁਪਿਆ ਵਾਈ ਕਰਨਾ ਚਾਹਤੇ ਹੈ ਤਾਂ ਇੱਕ ਵਾਰ ਆਪਕੋ ਵੀ ਲੋਕ ਡਿਮਾਂਡ ਕਰਦੇ ਪਹਿਲੇ ਤੇ ਮੈਨੂੰ ਆਇਆ ਦੱਸੋ ਤੁਸੀਂ ਕਿਤੋਂ ਤਾਮਲ ਫਿਲਮਾਂ ਕਰਦੇ ਆਏ ਹੋ ਜਾਂ ਉਹ ਇਲੋ ਮਾਡਰਾ ਗੱਟ ਲੈ ਨਹੀਂ ਤਬਾਲੂ ਇਹ ਵਾਲੀਆਂ ਫਿਲਮਾਂ ਦੇ ਵਿੱਚੋਂ ਆਏ ਹੋ ਕਿਧਰੋਂ ਆਏ ਹੋ ਹੋਰ ਕੁੜੀਆਂ ਦੀ ਆਵਾਜ਼ ਕੱਢ ਕੇ ਤੁਸੀਂ ਉਹਨਾਂ ਨੂੰ ਕੀ ਮਦਰਸੀ ਦੀ ਤਾਲੀਮ ਦਿੰਦੇ ਹੋ ਕਿ ਉਹਨਾਂ ਨੂੰ ਨਮਾਜ਼ ਸਿਖਾਉਂਦੇ ਹੋ ਗੁਸਲ ਸਿਖਾਉਂਦੇ ਹੋ ਉਹ ਮੁੰਡੇ ਠਰਕੀ ਸਾਰੇ ਇਹੀ ਤੇ ਸੁਣਨਾ ਚਾਹੁੰਦੇ ਨੇ ਉਹ ਮੈਂ ਪੁੱਛਣਾ ਚਾਹ ਰਿਹਾ ਤੁਹਾਡੀ ਡਿਮਾਂਡ ਤੁਹਾਨੂੰ ਕਰਦੇ ਨੇ ਅੱਛਾ ਮੈਂ ਮੈਂ ਸੋਸ਼ਲ ਮੀਡੀਆ ਦੇ ਉੱਤੇ ਲਫ਼ਜ਼ ਨਾ ਕਹਿਣਾ ਨਹੀਂ ਚਾਹੁੰਦਾ ਮੈਂ ਇਸ ਤਰ੍ਹਾਂ ਦਾ ਕੰਮ ਵੀ ਕੀਤਾ ਹੋਇਆ ਹਾਂ ਮੈਂ ਇਸ ਨੂਰੀ ਇਹਨਾਂ ਡਿਮਾਂਡਸ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਸੀਂ ਮਾਸ਼ਾਅੱਲਾ ਪਹਿਲੇ ਦੋ ਤਿੰਨ ਦਫਾ ਬੇਨਕਾਬ ਹੋ ਚੁੱਕੇ ਨੇ ਸੋਸ਼ਲ ਮੀਡੀਆ ਤੇ ਅੱਛਾ ਅੱچھے ਖਾਸੇ ਬੇਨਕਾਬ ਹੋ ਚੁੱਕੇ ਨੇ ਠੀਕ ਹੈ ਕਦੀ ਯੂ نو ਦੇ ਰੀਸੈਂਟਲੀ ਉਹਨਾਂ ਨੂੰ ਅਸੀਂ ਬਹੁਤ ਪੜਾ ਬੇਨਕਾਬ ਕੀਤਾ ਕਿੰਨੇ ਪੈਸੇ ਤੁਸੀਂ ਡਿਮਾਂਡ ਕਰਦੇ ਹੋ ਕਿੰਨੇ ਪੈਸੇ ਦੇਵੋਗੇ ਤੇ ਫਿਰ ਮੈਂ ਤੁਹਾਡੇ ਜਜ਼ਬਾਤ ਨਾਲ ਖੇਲਾਂਗੀ ਮੈਂ ਨਹਿਰ ਤੇ ਖਲੋਤਾ ਖੁਸਰਾਵਾ ਕਿੰਨੇ ਕੋ ਪੈਸੇ ਜੋਗੇ ਤੇ ਫਿਰ ਤੇ ਬਾਤ ਕੀ ਤੁਸੀਂ ਇਹ ਦੱਸੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਟਾਰਗੇਟ ਰਿਹਾ ਹੈ ਕਿ ਇਹ ਬੰਦਾ ਕੁੜੀ ਕੋ ਫਸਦਾ ਨਹੀਂਗਾ ਅੰਨੂ ਮੈਂ ਫਸਾਣਾ ਬੜੇ ਭਜ਼ਾਏ ਨੇ ਕੋਈ ਆ ਸਾ ਬੰਦਾ ਜਿਹੜੇ ਤਰਸ ਆ ਗਏ ਹੋਏ ਬੜੇ ਯਾਰ ਇੱਕ ਮੇਰੇ ਬੜੇ ਅੱਛੇ ਦੋਸਤ ਨੇ ਠੀਕ ਹੈ ਉਹ ਸਹਾਫੀ ਨੇ ਠੀਕ ਹੈ ਮੈਂ ਨਾਮ ਨਹੀਂ ਲਵਾਉਂਗਾ ਉਹਨਾਂ ਦਾ ਠੀਕ ਹੈ ਕਿ ਆਂਦਾ ਨਹੀਂ ਨਹੀਂ ਆਂਦਾ ਹੈ ਉਹ ਇਸ ਵੇਲੇ ਫਸ ਜਾਂਦਾ ਨਹੀਂ ਨਹੀਂ ਪਾਸ ਜਾਣਾ ਮਤਲਬ ਕਿ ਡੱਕੇ ਚ ਫਸਿਆ ਹੋ ਤੇ ਉਹੀ ਤੁਸੀਂ ਕਹਿੰਦੇ ਮੈਂ ਨਾਮ ਨਹੀਂ ਲਵਾਵਾਂਗਾ ਉਹ ਕੂੜਾ ਹੈ ਕਚਰਾ ਹੈ ਚੂੜਾ ਹੈ ਕੀ ਹੋਣੇ ਉਸ ਤੋਂ ਬਾਅਦ ਤੁਹਾਨੂੰ ਕੀ ਰਿਐਕਸ਼ਨ ਦਿੱਤਾ ਕੋਈ ਨਹੀਂ ਰਿਐਕਸ਼ਨ ਉਹਨੇ ਕੀ ਵਿਚਾਰੇ ਨੇ ਦੇਣਾ ਸੀ ਬਸ ਉਹਨੇ ਇਹ ਕਿਹਾ ਸੀ ਕਿ ਮੇਰੀ ਬੁੱਢੀ ਨੂੰ ਨਾ ਦੱਸੀਂ ਬਾਕੀ ਜੋ ਮਰਜ਼ੀ ਕਰ ਅੱਛਾ ਜ਼ਰੂਰ ਆਵਾਜ਼ ਕੱਢ ਕੇ ਸੁਣਾ ਜਿਹੜੇ ਵਿੱਚ ਤੁਸੀਂ ਉਹਨੂੰ ਦੋ ਚਾਰ ਗੱਲਾਂ ਕਹੀਆਂ ਅਸਲਾਮੁਅਲੈਕੁਮ ਯਾਰ ਮੇਰੀ ਬਾਤ ਸੁਣੋ ਸਭ ਤੋਂ ਪਹਿਲੇ ਮੈਨੂੰ ਆਪ ਬਹੁਤ ਅੱਛੇ ਲੱਗਦੇ ਹੋ ਔਰ ਦੂਸਰੀ ਬਾਤ ਇਹ ਤੇ ਯਾਰ ਮੈਂ ਆਪਕੀ ਬਹੁਤ ਬੜੀ ਫੈਨ ਹੂੰ ਅਲਹਮਦੁਲਿਲਾ ਮੇਰਾ ਦਿਲ ਕਰਦਾ ਹੈ ਬਸ ਮੈਂ ਰਾਤੋਂ ਮੈਂ ਦੇਖੂ ਤਾਂ ਆਪ ਸਵੇਰ ਦੇਖੂ ਤਾਂ ਆਪ ਮੇਰੇ ਆਸ ਤੂੰ ਮੇਰੇ ਪਾਸ ਤੂੰ ਮੇਰੇ ਦਿਨ ਤੂੰ ਮੇਰਾ ਰਾਤ ਤੂੰ ਮੇਰੇ ਇਧਰ ਤੂੰ ਮੇਰੇ ਉਧਰ ਤੂੰ ਅੰਨੀ ਦਿਹਾੜੇ ਟੱਕ ਕੇ ਕਿਉਂ ਨਹੀਂ ਬਿੰਦਾ ਅੱਛਾ ਸਭ ਤੋਂ ਵੱਡੀ ਦਿਹਾੜੀ ਦੱਸੋ ਇਸ ਟਾਈਮ ਤੁਸੀਂ ਕਿਹੜੀ ਲਾ ਚੁੱਕੇ ਹੋ ਕਿੰਨੇ ਕੇ ਪੈਸੇ ਕਮਾ ਚੁੱਕੇ ਹੋ ਯਾਰ ਕਿੰਨੇ ਕੋ ਪੈਸੇ ਮੈਂ ਘੜਾ ਲੂ ਸੋਲਿਆਂ ਦੀ ਰੇੜੀ ਲਾ ਕੇ ਖਲੋਤਾ ਆਂ ਕੋ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰੋ ਉਸਤਾਦ ਜੀ ਕਿ ਕਿੰਨੇ ਕੋ ਪੈਸੇ ਕਮਾ ਚੁੱਕੇ ਸਾਢੇ 6 ਲੱਖ ਰੁਪਏ ਇੱਕ ਦੋਸਤ ਹੀ ਉਹਦੇ ਭਰਾ ਕੋਲੋਂ ਖਾਦਾ ਸੀ ਉਸ ਤੋਂ ਬਾਅਦ ਫਿਰ ਉਹਨੂੰ ਵਾਪਸ ਵੀ ਉਹਦੇ ਭਰਾ ਕੋਲੋਂ ਲੈ ਕੇ ਉਹਨੂੰ ਹੀ ਖਵਾਉਂਦਾ ਰਿਹਾ ਉਹਨੂੰ ਹੀ ਖਵਾਉਂਦੇ ਰਿਹਾ ਇਹ ਇਹ ਮਾਮਲੇ ਐਸੇ ਹੁੰਦੇ ਨੇ ਤੋ ਆਪਕੇ ਸਾਥ ਐਸਾ ਮਾਮਲਾ ਹੋ ਯਾਰ ਮੇਰੇ ਕੋ ਨੇ ਪੈਸੇ ਖਾ ਗਿਆ ਬਾਚਾ ਮੁੰਡਾ ਇਹਨੂੰ ਮੈਂ ਛੱਡਣਾ ਨਹੀਂਗਾ ਨਹੀਂ ਮੈਨੂੰ ਤੇ ﺍﻟहम्दुल्लाह ਐਸਾ ਵਾਗਿਆ ਨਹੀਂ ਆਇਆ ਲੇਕਿਨ ਐਡਾ ਕੋ ਟੀਟ ਜ਼ਰੂਰ ਸੀ ਉਹ ਕਿ ਲੜਾਈ ਤੋਂ ਬਾਅਦ ਵੀ ਕੰਦਾ ਸੀ ਯਾਰ ਪਲੀਜ਼ ਅੱਧਾ ਘੰਟਾ ਹੁਣ ਗੱਲ ਕਰ ਲਿਆ ਕਰ ਅੱਛਾ ਕੁਛ ਕੋਈ ਇਹੋ ਜਿਹੇ ਵੀ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਜਿਸਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਚੋਰ ਕਹਿੰਦਾ ਚੱਲ ਯਾਰ ਤੂੰ ਅੰਨੇ ਪੈਸੇ ਤੇ ਖਾ ਲੈਨੇ ਹੁਣ ਤੂੰ ਮੁੰਡਾ ਹੀ ਨਿਕਲਾ ਮੇਰੇ ਪੈਸੇ ਥੋੜੇ ਪੂਰੇ ਕਰਾ ਦੇ ਪੈਸੇ ਪੂਰੇ ਕਰਾ ਦੇ ਮੈਂ ਉਹਨਾਂ ਦੇ ਛੱਦੇ ਉੱਤੇ ਇੱਟਾਂ ਸੁੱਟਣੀਆਂ ਹਨ ਨਹੀਂ ਸੋ ਮਾਸ਼ਾਅੱਲਾ ਮੁੰਡੇ ਵੀ ਪਸੰਦ ਆ ਜਾਂਦੇ ਲੋਕਾਂ ਨੂੰ ਮੁੰਡੇ ਤੁਸੀਂ ਮਾਸ਼ਾਅੱਲਾ ਜਿੰਡੇ ਖੂਬਸੂਰਤ ਹੋ ਐਂ ਲੱਗ ਬੰਦਾ ਬਹੁਤ ਜ਼ਿਆਦਾ ਡਿਸਹਾਰਡ ਹੋਵੇ ਤੇ ਉਹਨੂੰ ਕੋਈ ਵੀ ਨਾ ਬੁਲਾ ਰਿਹਾ ਹੋਵੇ ਤੇ ਇਹੋ ਜਿਹਾ ਬੰਦਾ ਜਾ ਕੇ ਕਹਿੰਦਾ ਕੈਨ ਆਈ ਹੈਲਪ ਯੂ ਸਰ ਅਚੀ ਬਾਤ ਹੈ ਨਾ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਡਿਸਹਾਰਡ ਤੋਂ ਜਾ ਕੇ ਇਹੀ ਕਹਾਂਗੇ ਕੈਨ ਆਈ ਹੈਲਪ ਯੂ ਕਿਹੜੀ ਜ਼ਬਰਦਸਤ ਗੱਲ ਤੇ ਆਪਣਾ ਵੀ ਤਾਂ ਦੱਸੋ ਨਾ ਤੁਸੀਂ ਲੰਗੜੇ ਕੋ ਕੁੱਟ ਖਾ ਲਈ ਉਹਨੂੰ ਕਹਿੰਦੇ ਮੈਨੂੰ ਰੇਸ ਲਾ ਯਾ ਲੰਗੜੇ ਨਾਲ ਕੋਈ ਬੰਦਾ ਰੇਸ ਲਾ ਸਕਦਾ ਯਾਰ ਲੰਗੜਾ ਸਾਈਕਲ ਤੇ ਸੀ ਮੈਂ ਕਾ ਚਲੋ ਐ ਵੀ ਦੌੜਾ ਕੇ ਵੇਖ ਲਵੇ ਮੈਂ ਵੀ ਦੌੜ ਕੇ ਵੇਖ ਲੈਣਾ ਭਲਾ ਦੋਵੇਂ ਦੋਨਾਂ ਚ ਕੜਾ ਜਿੱਤਦਾ ਕਦੀ ਬੇਵਾਹ ਔਰਤ ਵੇਖੀ ਤੁਸੀਂ ਨਹੀਂ ਨਹੀਂ ਵੇਖੀ ਵੇਖਣਾ ਬੇਵਾਹ ਔਰਤ ਦਾ ਜਿਹੜਾ ਆਖਰੀ ਸਹਾਰਾ ਹੁੰਦਾ ਨਾ ਉਹਦੇ ਅਰਗਾ ਮੂੰਹ ਤੁਹਾਡਾ ਇਹ ਤੇ ਬਹੁਤ ਅਜੀਬ ਗੱਲ ਹੈ ਘਰ ਵਾਲਿਆਂ ਵਾਲੇ ਵੀ ਕੋਈ ਸੁਣਦੇ ਨੇ ਖੁਸ਼ ਹੁੰਦੇ ਨੇ ਕਿ ਕਹਿੰਦੇ ਨੇ ਕਿ ਸਾਡਾ ਪੁੱਤਰ ਕਿਹੜੇ ਕੰਮ ਕਰ ਰਿਹਾ ਹੈ ਮਤਲਬ ਤੁਸੀਂ ਮੈਨੂੰ ਆਪਣੇ ਨਾਲ ਦਾ ਸਮਝਿਆ ਨਹੀਂ ਨਹੀਂ ਮੈਂ ਤੁਹਾਨੂੰ ਮੈਂ ਤੁਸੀ ਮੈਨੂੰ ਕਿਉਂ ਆਪਣੇ ਵਿੱਚ ਸ਼ਾਮਲ ਕਰਨਾ ਚਾਹ ਰਹੇ ਹੋ ਦੇਖੋ ਗੁੱਸਾ ਨਾ ਕਰੋ ਵੇਰੇ ਦਬਕਾਏ ਫੈਮਲੀ ਕੇ ਬਾਰੇ ਮੇ ਬਤਾਏ ਕਿਤਨਾ ਪ੍ਰਾਊਡ ਫੀਲ ਕਰਤੇ ਸ਼ੁਰੂ ਸ਼ੁਰੂ ਮੇ ਹੁੰਦਾ ਨਾ ਬੱਚੋ ਕੋ ਐਸੇ ਕੰਮ ਕਰਦੇ ਬੜੀ ਕੁੱਟ ਪੈਂਦੀ ਹੈ ਤੇ ਬਾਅਦ ਚ ਫਿਰ ਉਹੀ ਮਾਪੇ ਆਪ ਜਾਂ ਰਿਸ਼ਤੇਦਾਰ ਕਹਿ ਰਹੇ ਨੇ ਯਾਰ ਕੀ ਬਾਤ ਹੈ ਸਾਡਾ ਰਿਸ਼ਤੇਦਾਰ ਹੈ ਸਾਡਾ ਭਤੀਜਾ ਆਪਣੇ ਮੈਂ ਹਲੇ ਤੱਕ ਕੁੱਟ ਪੈਂਦੀ ਹੈ ਹਜੇ ਤੱਕ ਅਲ ਹਮਦੁਲਿਲਾ ਕਿਸ وجہ ਤੋਂ ਉਹ ਐਸੇ ਨੇ ਐਕਸੈਪਟ ਹੀ ਨਹੀਂ ਕਰਦੇ ਦੇਗੇ ਉਹ ਕਹਿੰਦੇ ਹੋਣਗੇ ਬਾਕੀ ਮੇਰਾ ਕੋਈ ਬੱਚਾ ਡਾਕਟਰ ਹੈ ਇੰਜੀਨੀਅਰ ਹੈ ਕੋ ਬਿਜ਼ਨਸਮੈਨ ਹੈ ਕੱਲਾ ਹੀ ਮਰਾਸੀ ਬਣ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਯਾਨੀ ਕਿ ਯਾਰ ਮੈਂ ਚੰਗਾ ਭਲਾ ਸਿੱਧਾ ਤੁਰਦਾ ਤੁਰਦਾ ਕਿਉਂ ਤੁਮਨ ਆਪਣੀ ਉਹਦੇ ਚ ਕਾਸਟ ਲਾਏ ਨਾ ਹੁਣ ਪਾਕਿਸਤਾਨੀ ਆਵਾਮ ਨੂੰ ਤੁਸੀਂ ਦਲਾਸਾ ਦੇਣਾ ਇਮਰਾਨ ਖਾਨ ਦੇ ਸਟਾਈਲ ਦੇ ਵਿੱਚ ਮਰੀ ਪਈ ਐ ਇਸ ਟਾਈਮ ਰਾਸ਼ਾ ਲੱਗਾ ਪਿਆ ਸਾਰੇ ਤੁਹਾਡੇ ਕੋਲ ਆ ਗਏ ਨੇ ਇਮਰਾਨ ਖਾਨ ਸਾਹਿਬ ਕਿਸ ਤਰ੍ਹਾਂ ਦਲਾਸਾ ਦੇਣਗੇ ਮੇਰੇ ਪਾਕਿਸਤਾਨੀਓਂ ਖੁਦਾ ਕਾ ਵਾਸਤਾ ਹੈ ਇੱਕ ਮੌਕਾ ਹੋਰ ਦੋ ਅਗਰ ਆਪਨੇ ਮੇਰੇ ਨੂੰ ਮੌਕਾ ਦਿਆ तो अगला मौका जीने का नहीं दूंगा <laughs> जोगी का करेक्टर करते थे चांद भाई ना तो वो <laughs> जोगी साधु संत बाबे, बाबे हैं बाबू से है है। चटापन चोटन चुम चढ़ाक चुम चढ़ाक आगड़ा तगड़ा तगड़दा गड़दे आ क्यों भाई सपने के लिए आई लड़कियों में भी किसी की मिमिक्री करते हैं लड़कियां मेमिक्री के ਤੂੰ ਲੜਕੀ ਦੀ ਆਵਾਜ਼ ਨਹੀਂ ਆਪ ਕੱਢ ਸਕਦੇ ਲੜਕੀ ਦੀ ਆਵਾਜ਼ ਹੈ ਅੱਗੇ ਮੈਂ ਖੁਸਰੇ ਦੀ ਆਵਾਜ਼ ਕੱਢ ਕੇ ਵਾਈ ਅੱਗੇ ਤੇ ਤੁਸੀਂ ਉਹ ਸਿਰਫ ਆਪਣੀ ਆਵਾਜ਼ ਕੁੜੀ ਦੀ ਕੱਢੀ ਨਾ ਅਗਰ ਤੁਹਾਨੂੰ ਕਹਿਆ ਜਾਏ ਕਟਰੀਨਾ ਕੈਫ ਦੀ ਆਵਾਜ਼ ਕੁੜੀ ਆਵਾਜ਼ ਇਹਨਾਂ ਦੇ ਕੱਟ ਨਹੀਂ ਸਕਦਾ ਕਟਵਾ ਸਕਣਾ ਅੱਛਾ ਹਾਂ ਅੱਛਾ ਕੋਈ ਤੁਸੀਂ ਐਸੇ ਜੀ ਆਵਾਜ਼ਾਂ ਵੀ ਕੱਢ ਲੈਂਦੇ ਹੋ ਜਿਹੜੀ ਫਿਲਮਾਂ ਹੁੰਦੀਆਂ ਨੇ ਬਿਨ ਬਗੈਰ ਆਵਾਜ਼ ਆਹੋ ਹਾਂ ਜੀ ਉੱਤੇ ਦੀ ਉਸ ਫਿਲਮ ਦਾ ਉਸ ਫਿਲਮ ਬਾਰੇ ਤੇ ਨਹੀਂ ਕਹਿ ਰਹੇ ਜਿਹੜੇ ਜਿਹੜੀ अच्छा कोई कुड़िया की आवाज़ा कर देता बर्बाद मैं दो लफ्जों में कहूँगा कुत्ते का काम होता है भोंकना और गुजरने वाले का काम होता है गुजर जाना कुछ लोग इसको एंटरटेनमेंट समझ के बर्दाश्त कर जाते हैं कुछ लोग यहाँ पर गाली लिखेंगे ठीक है उनकी परवरिश में जो है वो कमी रह जाती है इजाज़त दीजिए अपने मेजबान बाद thank you